ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਅਸੀਂ ਜਿਹੜੀ ਸਪੈਸ਼ਲ ਨਸ਼ੇ ਦੇ ਖਿਲਾਫ਼ ਮੁਹਿੰਮ ਚਲਾਈ ਸੀ, ਜਿਹਦੇ 'ਚ ਕੱਲ੍ਹ ਕਾਫ਼ੀ ਵੱਡੀ ਸਾਡੇ ਕੋਲ ਰਿਕਵਰੀ ਹੋਈ ਹੈ, ਜਿਹਦੇ 'ਚ ਕੱਲ੍ਹ ਰਾਤ ਨੂੰ ਇਨਫੋਰਮੇਸ਼ਨ ਬੇਸਡ ਇੱਕ ਸਾਡੇ ਕੋਲ ਆਪਰੇਸ਼ਨ ਸੀ ਜਿਹਦੇ 'ਚ 25,800 ਨਸ਼ੀਲੀਆਂ ਗੋਲੀਆਂ ਰਿਕਵਰ ਹੋਈਆਂ ਨੇ। ਸਰ ਕਿਹੜੀ ਜਗ੍ਹਾ ਹੋਈ ਇਹ ਜਿਹੜੀ ਰਿਕਵਰੀ ਹੈ? ਸਮਾਗ ਅਤੇ ਗੁਰੂਸਰ ਦੇ ਰਖਾਲਾ ਅਤੇ ਗੁਰੂਸਰ ਜਿਹੜੀ ਸੜਕ 'ਤੇ, ਉੱਥੇ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਜਿਹੜਾ ਸਮਾਗ ਦਾ ਰਹਿਣ ਵਾਲਾ ਜਿਹੜਾ ਪਰਮਿੰਦਰ ਸਿੰਘ ਆ, ਉਹ ਪਹਿਲਾਂ ਵੀ ਸਾਡੇ ਕੋਲ ਇਨਫੋਰਮੇਸ਼ਨ ਕਾਫੀ ਸੀ ਇਹਦੇ ਕੋਲ, ਪਰ ਟ੍ਰੈਪ 'ਚ ਕੱਲ੍ਹ ਰਾਤ ਨੂੰ ਹੀ ਆਇਆ ਅਤੇ ਉੱਥੇ ਰਿਕਵਰੀ ਹੋਈ ਹੈ ਜੀ। ਸਰ ਕਿੰਨੇ ਜਣੇ ਸੀ ਟੋਟਲ? ਇਹ ਇਕੱਲਾ ਇਕੱਲਾ ਸੀ ਜਾਣਾ, ਅਤੇ ਬਾਕੀ ਸਾਡੀ ਅਜੇ ਕੁਸ਼ਚਨਿੰਗ ਇਹਨਾਂ ਚੱਲਦੀ ਪਈ ਹੈ, ਜੇ ਪੁੱਛ ਗਏ 'ਚ ਪਤਾ ਲੱਗੂ ਕਿ ਬਾਕੀ ਇਹ ਕਿੱਥੋਂ ਲੈ ਕੇ ਆਉਂਦਾ ਸੀ ਅਤੇ ਕਿੱਥੇ ਕਿੱਥੇ ਵੇਚਦਾ। ਸਰ ਜਿਹਦੇ ਸੰਬੰਧੀ ਕੋਈ FIR ਵਗੈਰਾ ਦਰਜ ਹੋਈ ਤਾਂ ਪਲੀਜ਼ ਨੰਬਰ ਤੇ ਐਕਟ ਸਾਡੇ ਨਾਲ ਸ਼ੇਅਰ ਜ਼ਰੂਰ ਕਰ ਦਿਓ। ਜੀ, ਜਿਹੜੀ ਅੰਡਰ ਸੈਕਸ਼ਨ 22C ਜਿਹੜੀ FIR ਕੋਟਭਾਈ ਥਾਣੇ 'ਚ ਹੋਈ ਹੈ, ਅਤੇ ਬਾਕੀ ਜਿਹੜੀ ਪੁੱਛ ਗਿੱਛ ਉਹ ਜਾਰੀ ਹੈ। ਇਸ ਤੋਂ ਇਲਾਵਾ ਵੀ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਸਪੈਸ਼ਲ ਮੁਹਿੰਮ ਚਲਾਈ ਗਈ ਸੀ ਨਸ਼ਿਆਂ ਦੇ ਖਿਲਾਫ਼, ਉਹਦੇ ਵਿੱਚ ਪਿਛਲੇ 4 ਦਿਨਾਂ 'ਚ ਹੀ ਅਸੀਂ ਸ਼੍ਰੀ ਮੁਕਤਸਰ ਸਾਹਿਬ ਨੇ 24 NDPS ਐਕਟ ਦੇ ਮੁਕੱਦਮੇ ਦਰਜ ਕੀਤੇ ਅਤੇ 23 ਜਿਹੜੇ ਮੁਜਰਮ ਨੇ ਉਹ ਗ੍ਰਿਫਤਾਰ ਕੀਤੇ ਨੇ, ਜਿਹਦੇ ਵਿੱਚ ਟੋਟਲ ਸਾਡੇ ਕੋਲ 1 ਕਿਲੋ ਅਫੀਮ, 20,610 ਗੋਲੀਆਂ ਅਤੇ 21 ਗ੍ਰਾਮ ਹੈਰੋਇਨ ਜਿਹੜੀ ਅਸੀਂ ਰਿਕਵਰ ਕੀਤੀ। ਇਸ ਤੋਂ ਪਹਿਲਾਂ ਵੀ ਇਹਦੇ 'ਤੇ ਕੋਈ ਮਾਮਲੇ ਦਰਜ ਹੈ ਜੀ? ਨਹੀਂ, ਹਜੇ ਤੱਕ ਕੋਈ NDPS ਐਕਟ ਦਾ ਇਹਦੇ ਨਹੀਂ ਆਇਆ, ਪਰ ਸਾਡੇ ਕੋਈ ਇਨਫੋਰਮੇਸ਼ਨ ਸੀ ਇਹ ਕੰਮ ਕਰਦਾ ਵਾ। ਮੰਡੀ ਬਰੀਵਾਲਾ ਦਾ ਰੇਲਵੇ ਟਰੈਕ ਲੱਖੇ ਵਾਲੀ 'ਚ ਵੀ ਸੇਮ ਕੰਡੀਸ਼ਨ ਹੈ। ਗੋਨਿਆਣਾ ਰੋਡ 'ਤੇ 81 ਦੇ ਪਾਰ ਨੌਜਵਾਨ ਨਸ਼ੇ ਦੀ ਵਰਤੋਂ ਕਰਦੇ ਆ ਜੀ, ਸਰਿੰਜਾਂ ਪੰਨੀਆਂ ਨੋਰਮਲ ਪਈਆਂ, ਉੱਥੇ ਪੁਲਿਸ ਵੱਲੋਂ ਕੋਈ ਸਪੈਸ਼ਲ ਆਪਰੇਸ਼ਨ ਜਾਂ ਕੋਈ ਸਿਵਲ ਮੁਲਾਜ਼ਮਾਂ ਵੱਲੋਂ ਕਿਉਂ ਨਹੀਂ ਚਲਾਇਆ ਜਾਂਦਾ? ਨਹੀਂ, ਸਾਡਾ ਸਪੈਸ਼ਲ ਵੀ ਚੱਲ ਰਿਹਾ ਵਾ, ਭਾਵੇਂ ਉਹ ਸਾਡੇ ਜਿਹੜੇ ਵੀ ਤੁਸੀਂ ਲੋਕੇਸ਼ਨ ਦੱਸੀਆਂ ਨੇ, ਅਸੀਂ ਉੱਥੇ ਵੀ ਸਪੈਸ਼ਲ ਆਪਣਾ ਡਰਾਈਵ ਕੀਤਾ ਹੋਇਆ। ਜਦੋਂ ਵੀ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ, ਸਾਡੀ ਸਪੈਸ਼ਲ ਜਿਹੜੀ ਰਿਸਪੋਂਸ ਟੀਮ ਉੱਥੇ ਰਿਸਪੋਂਡ ਕਰਦੀ ਹੈ, ਅਤੇ ਜਿਸ ਤਰੀਕੇ ਦੀ ਵੀ ਸਾਡੇ ਰਿਕਵਰੀ ਹੁੰਦੀ ਹੈ, ਕਾਰਵਾਈ ਕੀਤੀ ਜਾਂਦੀ। ਅਤੇ ਸਰ ਸ਼ਹਿਰ ਦੇ ਵਿੱਚ ਵੀ ਬਹੁਤ ਨਸ਼ਾ ਚੱਲ ਰਿਹਾ, ਉਸ ਬਾਰੇ ਕੀ ਕਰ ਰਹੀ? ਨਹੀਂ, ਸਪੈਸ਼ਲ ਮੁਹਿੰਮ ਉਹ 'ਚ ਮੈਂ ਤੁਹਾਨੂੰ ਦੱਸਿਆ ਕਿ ਪਿਛਲੇ 4 ਦਿਨਾਂ 'ਚ ਹੀ ਅਸੀਂ 24 ਜਿਹੜੀਆਂ ਕੇਸ ਦਰਜ ਕੀਤੇ ਅਤੇ 23 ਅਸੀਂ ਬੰਦੇ ਅਰੈਸਟ ਕੀਤੇ ਨੇ। ਨਹੀਂ, ਤੁਹਾਡੇ ਸਾਹਮਣੇ ਮੈਂ ਤੁਹਾਨੂੰ ਆਪਣੀ ਫਿਗਰ ਦੱਸਦਾ, ਪਰ ਜਿਹੜੇ ਤੁਸੀਂ ਇਨਫੋਰਮੇਸ਼ਨ ਦਿੱਤੀ ਇਹ 'ਤੇ ਵੀ ਅਸੀਂ ਕਾਰਵਾਈ ਕਰਾਂਗੇ। ਅਸੀਂ ਪਹਿਲਾਂ 100 ਗ੍ਰਾਮ ਹੈਰੋਇਨ ਵੀ ਜੀ ਫੜੀ ਆ, ਉਹ ਸ਼ਹਿਰ 'ਚ ਵੀ ਫੜੀ, ਸ਼ਹਿਰ ਦਾ ਹੀ ਬਛਿੰਦਾ ਸੀ ਉਹ। ਪਰ ਇਹ ਮੁਹੱਲਿਆਂ ਦੇ ਵਿੱਚ ਵੇਖ ਰਿਹਾ ਨਾ ਜੀ, ਮਹੱਲੇ 'ਚ ਸਭ ਪਤਾ ਜੀ? ਨਹੀਂ, ਹਰ ਜਿਹੜੀ ਵੀ ਇਨਫੋਰਮੇਸ਼ਨ ਆਉਂਦੀ ਉਹ 'ਤੇ ਉਸੇ ਵੇਲੇ ਰਿਸਪੋਂਸ ਕੀਤਾ ਜੀ। ਸਰ ਇਹ ਇਨਫੋਰਮੇਸ਼ਨ ਆਉਂਦੀ ਵੀ ਹੈ ਤਾਂ ਸਾਡੇ ਜਿੰਨੇ ਵੀ ਬਾਕੀ ਸਾਡੇ CA ਇੰਚਾਰਜ ਜਾਂ ਥਾਣਿਆਂ 'ਚ ਜਿਹੜੇ ਵੀ ਸਾਡੇ ਮੁਲਾਜ਼ਮ ਨੇ ਜਾਂ SHO ਨੇ ਉਸੇ ਵੇਲੇ ਰਿਸਪੋਂਡ ਕਰਦੇ ਨੇ। ਜਤਿੰਦਰਪਾਲ ਸਿੰਘ ਕਲੇਰ ਦੀ ਖਾਸ ਰਿਪੋਰਟ।